ਕਹਿੰਦੇ ਨੇ ਵੀ 591 ਨੰਬਰ ਪੇਜ 13 ਨੰਬਰ ਚੈਪਟਰ ਹੈ, ਕਹਿੰਦੇ ਵੀ ਅਤਾ ਤੋਂ ਮਨਾਈ ਹੈ ਇਨ ਕੁਆਂ ਤੋਂ ਕੋਸਤੀ ਤੁਈ ਛੇ ਪੈਰੀਗਲੋ ਮਨਾਈ ਹੈ ਜਿਸ ਟਾਈਮ ਇਹ ਆ ਗਈ ਕਹਿੰਦੇ ਕੰਪੋਰਟਮੈਂਟ ਦੀ ਵਿਆਤਾ ਤੋਂ ਨੋਨ ਵਿਆਤਾ ਤੋਂ ਪਰ ਈ ਨੋਨ ਕੋਸਤੀ ਤੁਈ ਰੇ ਪੈਰੀਗਲੋ ਇੰਤਰਾਲ ਚੋਰ ਸਿਚੁਏਸ਼ਨ ਹੈ, ਕਹਿੰਦੇ ਜਿਹੜਾ ਬਿਹੇਵੀਅਰ ਤੁਹਾਡਾ ਮਨਾਈ ਹੈ ਜੇ ਤੁਸੀਂ ਖਤਰਾ ਰੁਕਾਵਟ ਨਾ ਬਣੋ ਸਰਕੂਲੇਸ਼ਨ ਲਈ। ਪਹਿਲਾ ਕੁਐਸਚਨ ਹੈ ਕਹਿੰਦੇ ਵਿਆਤਾ ਤੋਂ ਕੁਆਂ ਤੋਂ ਕੋਸਤੀ ਤੁਈ ਛੇ ਪੈਰੀਗਲੋ ਇੰਤਰਾਲ ਚੋਰ ਜਿਸ ਟਾਈਮ ਕਹਿੰਦੇ ਮਨਾਈ ਹੈ ਜਿਸ ਟਾਈਮ ਤੁਸੀਂ ਖਤਰਾ ਰੁਕਾਵਟ ਬਣਦੇ ਹੋ ਪਹਿਲਾਂ ਸਿਚੁਏਸ਼ਨ ਸਰਕੂਲੇਸ਼ਨ ਲਈ ਤੇ ਨੈਰਸੀ ਸੁਲਮਾਰਜੀ ਨੇ ਸੁਨਿਸ਼ਚਿਤ ਕਰ ਜਾਤਾ ਕਰਜੇ ਤੇ ਸੱਜੇ ਖੱਬੇ ਕਿਨਾਰੇ ਰਹਿਣਾ ਪਰ ਸਵਾਲਤਾ ਇਨ ਉਹਨਾ ਸਰਾਦਾ ਦਾ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮੁੜਨਾ ਇੱਕ ਰੋਡ ਦੇ ਉੱਤੇ ਸੱਜੇ ਜੇ ਤੁਸੀਂ ਸੱਜਾ ਮੁੜਨਾ ਨਾ ਤੇ ਰਹਿਣਾ ਕਿੱਧਰ ਖੱਬੇ ਮਨਾਈ ਹੈ ਜਿਹੜੀ ਗੱਲ ਜੇ ਤੁਸੀਂ ਸੱਜਾ ਮੁੜਨਾ ਸੱਜੇ ਕਿਨਾਰੇ ਰਹੋ ਨਾ ਸੱਜੀ ਕੋਠੀ 'ਚ ਰਹੋ ਤੇ ਇਸ ਕਰਕੇ ਦਰੁਸਤ ਕਹਿੰਦੇ ਨੇ ਵੀ ਜੇ ਤੁਸੀਂ ਮੁੜਨਾ ਸੱਜਿਆ ਤੇ ਖੱਬੇ ਰਹਿਣਾ ਮਨਾਈ ਹੈ ਫਿਰ ਹੋਇਆ ਕਹਿੰਦੇ ਵਿਅਤਾ ਤੋਂ ਇਹ ਮਨਾਈ ਹੈ ਇਨ ਕੁਆਂ ਦੋ ਜਿਸ ਟਾਈਮ ਕੋਈ ਸਥਿਤੀ 'ਚ ਪੈਰੀਕੁਲਰ ਇੰਤਰਾਲ 'ਚ ਜਿਸ ਟਾਈਮ ਤੁਸੀਂ ਖਤਰਾ ਰੁਕਾਵਟ ਬਣਦੇ ਹੋ ਪਹਿਲਾਂ ਸਿਚੁਏਸ਼ਨ ਸਰਕੂਲੇਸ਼ਨ ਲਈ ਸੁਸਤਾ ਰਹੇ ਸੋਈ ਬਿਨਾਰੀ ਤਰਾਮਵਿਆਰੀ ਸੁਸਤਾ ਕਰਨਾ ਬਰਾਂ ਦੀ ਤਰਾਮਵਿਆਰੀ ਦੇ ਉੱਤੇ ਦਰੁਸਤ ਕਹਿੰਦੇ ਪਏ ਜਿਸ ਟਾਈਮ ਤੁਸੀਂ ਖਤਰਾ ਜਾਂ ਰੁਕਾਵਟ ਬਣੋ ਸਰਕੂਲੇਸ਼ਨ ਲਈ ਟਰਾਮ ਦੇ ਲਈ ਕਹਿੰਦੇ ਬਰਾਂ ਦੀ ਤਰਾਮਵਿਆਰੀ ਦੇ ਉੱਤੇ ਕਹਿੰਦੇ ਨੇ ਸੁਸਤਾ ਰਹੇ ਸੁਸਤਾ ਕਰਨਾ ਪਾਰਕਿੰਗ ਦੇ ਲਾਉਣਾ ਗੱਡੀ ਮਨਾਈ ਹੈ ਦਰੁਸਤ ਕਹਿੰਦੇ ਪਏ ਵੀਰ ਹੋਇਆ ਠੀਕ ਹੈ। ਤਿੰਨ ਨੰਬਰ ਹੈ ਕਹਿੰਦੇ ਵਿਅਤਾ ਤੋਂ ਇਨਕੁਆਂ ਦੋ ਮਨਾਈ ਹੈ ਜਿਸ ਟਾਈਮ ਤੁਸੀਂ ਬਣੋ ਪਹਿਲੀ ਲਾਈਨ ਨਾਲ ਤਕਰੀਬਨ ਸੇਮ ਨੇ ਸਾਰੀਆਂ ਠੀਕ ਹੈ ਕੁਛ ਤੁਸੀਂ ਬਣਦੇ ਹੋ ਪੈਰੀਕਲੋ ਖਤਰਾ ਹੋ ਅੰਤਰਾਲ 'ਚ ਜਾਂ ਫਿਰ ਰੁਕਾਵਟ ਪਰ ਲਓ ਸਿਚੁਏਸ਼ਨ ਸਰਕੂਲੇਸ਼ਨ ਲਈ ਇਹ ਫਿਤਵਾਰੇ ਉਹਨਾਂ ਕੰਮ ਵੀ ਉਹ ਮਿਹਨਤੋ ਦੀ ਦ੍ਰਿਸ਼ ਨੇ ਜੇ ਇੱਕ ਡਾਇਰੈਕਸ਼ਨ ਚੇਂਜ ਕਰਨੀ ਸੈਂਸਸ ਇਨ ਐਲਾਰ ਦਾ ਮਨੋਵਰਾ ਕੌਨ ਸੁਫੀਸ਼ੈਂਟ ਅੰਤਿਚੀਵ ਹੋ ਬਿਨਾਂ ਸਿਗਨਲ ਲਗਾਇਆ ਮਨੋਵਰੇ ਦਾ ਬਿਨ ਐਡਵਾਂਸ ਦੇ ਵਿੱਚ ਦੋਸਤ ਕਹਿੰਦੇ ਵੀ ਫਿਰ ਹੋਇਆ ਐਡਵਾਂਸ ਵੀ ਦੇ ਵਿੱਚ ਸਿਗਨਲ ਲਾਏ ਬਗੈਰ ਜੇ ਤੁਸੀਂ ਡਾਇਰੈਕਸ਼ਨ ਜਾਂ ਕੋਰਸ ਚੇਂਜ ਕਰਦੇ ਹੋ ਇਹ ਵੀ ਮਨਾਈ ਹੈ ਫਿਰ ਹੋਇਆ ਕਹਿੰਦੇ ਵਿਅਤਾ ਤੋਂ ਮਨਾਈ ਹੈ ਇਨ ਕੁਆਂ ਦੋ ਕੁਛ ਸਥਿਤੀ 'ਚ ਪੈਰੀਕਲ ਇੰਤਰਾਲ 'ਚ ਜਿਸ ਟਾਈਮ ਤੁਸੀਂ ਖਤਰਾ ਰਿਕਾਰਡ ਬਣਦੇ ਹੋ ਪਹਿਲਾਂ ਸਿਚੁਏਸ਼ਨ ਸਰਕੂਲੇਸ਼ਨ ਲਈ ਗਰਾਜਿਆ ਰੇ ਵਿਲੋਚਦਾ ਗਤੀ ਸਪੀਡ ਦੇ ਵਿੱਚ ਰੇਸਾਂ ਲਗਾਉਣੀਆਂ ਦਰੁਸਤ ਕਹਿੰਦੇ ਪਏ ਫਿਰ ਹੋਇਆ ਸਪੀਡ ਦੇ ਵਿੱਚ ਰੇਸਾਂ ਲਗਾਉਣੀਆਂ ਵੀ ਮਨਾਈ ਹੈ ਠੀਕ ਹੈ ਜਿਸ ਟਾਈਮ ਖਤਰਾ ਰਿਕਾਰਡ ਬਣਦੇ ਹੋ ਤੁਸੀਂ ਕਿਸੇ ਲਈ। ਪੰਜ ਨੰਬਰ ਈ ਇਨ ਵਿਅਤਾ ਤੋਂ ਮਨਾਈ ਹੈ ਇਨ ਕੁਆਂ ਦੋ ਕੁਛ ਸਥਿਤੀ 'ਚ ਪੈਰੀਕਲ ਇੰਤਰਾਲ 'ਚ ਜਿਸ ਟਾਈਮ ਤੁਸੀਂ ਖਤਰਾ ਰਿਕਾਰਡ ਬਣਦੇ ਹੋ ਪਰ ਸਿਚੁਏਸ਼ਨ ਸਰਕੂਲੇਸ਼ਨ ਲਈ ਸਿਰਕੁਲਾਰ ਹੈ ਵਿਲੋਚਦਾ ਤਰੋਂ ਪਾਸ ਆ ਬਹੁਤ ਜ਼ਿਆਦਾ ਘੱਟ ਸਪੀਡ ਤੋਂ ਚੱਲਣਾ ਸੈਂਸ ਆ ਜਸਟੀਫੀ ਕੋ ਮੋਟਿਵ ਹੋ ਬਿਨਾਂ ਕਿਸੇ ਮੋਟਿਵ ਦੇ ਦਰੁਸਤ ਕਹਿੰਦੇ ਨੇ ਪਏ ਬਿਨਾਂ ਕਿਸੇ ਵਜ੍ਹਾ ਦੇ ਜੇ ਤੁਸੀਂ ਬਹੁਤ ਜ਼ਿਆਦਾ ਆਸਤਾ ਸਪੀਡ ਦੇ ਵੀ ਚੱਲੋ ਨਾ ਤੇ ਉਹ ਵੀ ਮਨਾਈ ਹੈ ਵੇਰ ਹੋਇਆ ਠੀਕ ਹੈ। ਬਿੰਦ ਦੀ ਗੱਲ ਤਾਂ ਨਹੀਂ ਘਟੀ ਅੱਗੇ ਕਹਿੰਦੇ ਨੇ ਬੇ ਛੇ ਨੰਬਰ ਇਨ ਵਿਅਤਾ ਤੋਂ ਕੁਆਂ ਦੋ ਕੁਛ ਸਥਿਤੀ 'ਚ ਪੈਰੀਕਲ ਇੰਤਰਾਲ 'ਚ ਮਨਾਈਏ ਕਹਿੰਦੇ ਜਿਸ ਟਾਈਮ ਤੁਸੀਂ ਖਤਰਾ ਰੁਕਾਵਟ ਬਣੋ ਇੰਤਰਾਲ ਭਾਰਤ ਸਿਚੁਏਸ਼ਨ ਸਰਕੂਲੇਸ਼ਨ ਲਈ ਇਹ ਮੇਤੇਲ ਸੀ ਨਾਲ ਫਲੂਸ ਸਿਚੁਏਸ਼ਨ ਹੈ ਇੰਟਰ ਨਾਲ ਫਲੂਸ ਸਿਚੁਏਸ਼ਨ ਵਿੱਚ ਪ੍ਰੋਵੀਨੈਂਟ ਦਲਾ ਦਸਤਰਾ ਦਾ ਲਤਰਾਲੇ ਸੈਡ ਵਾਲੀ ਰੋਡ ਤੋਂ ਕਹਿੰਦੇ ਸੈਡ ਵਾਲੀ ਰੋਡ ਤੋਂ ਇੰਟਰ ਹੋਣੀ ਮਨਾਈ ਹੋ ਗਈ ਹੈ ਜੇ ਤੁਸੀਂ ਖਤਰਾ ਰੁਕਾਵਟ ਬਣੋ ਖਤਰਾ ਤੁਸੀਂ ਰੋਡ ਦੇ ਉੱਤੇ ਇੰਟਰ ਹੋਣਾ ਖਤਰਾ ਰੁਕਾਵਟ ਤਾਂ ਤੁਸੀਂ ਬਣਨਾ ਹੀ ਹੈ ਹੁਣ ਇਹਦਾ ਇਹ ਦਿਨ ਮਤਲਬ ਹੈ ਵੀ ਤੁਸੀਂ ਇੰਟਰ ਹੋਣਾ ਹੀ ਮਨਾਈ ਹੋ ਗਈ ਹੈ ਮੇਤੇਰ ਸੀ ਇੰਨਾ ਫੁੱਲ ਸਿਚੁਏਸ਼ਨ ਹੈ ਵੀ ਇੰਟਰ ਹੋਣਾ ਹੀ ਮਨਾਈ ਦਿਨਾ ਹੋ ਸਕਦੀ ਹੈ ਵੀ ਠੀਕ ਹੈ ਇਹ ਗਲਤ ਕਹਿੰਦੇ ਵੀ ਫਾਲਸ ਹੋਇਆ ਇੰਟਰ ਤਾਂ ਤੁਸੀਂ ਹੋਣਾ ਯਾਦ ਕਰੋ ਇੰਟਰ ਤਾਂ ਤੁਸੀਂ ਹੋਣਾ ਹੀ ਹੈ ਨਾ ਕਹਿੰਦੇ ਨੇ ਵੀ ਅਤਾ ਤੋਂ ਇਨਕੁਆਂ ਤੋਂ ਕੁਛ ਚੀਜ਼ 'ਚ ਪੈਰੀਕਲ ਇੰਤਰਾਜ ਕਹਿੰਦੇ ਮਨਾਈ ਜਿਸ ਤੁਸੀਂ ਖਤਰਾ ਰਿਕਾਰਡ ਬਣਦੇ ਹੋ ਪਰ ਲਾ ਸਿਚੁਏਸ਼ਨ ਸਰਕੂਲੇਸ਼ਨ ਲਈ ਰੈਗੂਲਰ ਲਾ ਵਿਲੋਚਿਤਾ ਰਿਲੈਸ਼ਨ ਅਲੱਗ ਕਰਤਰੀਸਟਿਕੇ ਕਹਿੰਦੇ ਨੇ ਕਹਿੰਦੇ ਮਨਾਈ ਹੈ ਜਿਸ ਤਰ੍ਹਾਂ ਖਤਰਾ ਰਿਕਾਰਡ ਬਣਦੇ ਹੋ ਰੈਗੂਲਰ ਕਰਨਾ ਸਪੀਡ ਇਸ ਰਿਲੇਸ਼ਨ ਵਿੱਚ ਕਰਤਰੀ ਸੀਗੇ ਜਿਹੜੀ ਖੂਬੀਆਂ ਨੇ ਇਹ ਕੰਡੀਸ਼ਨ ਦਾ ਸਰਾਦਾ ਔਰ ਜਿਹੜੀ ਕੰਡੀਸ਼ਨ ਹੈ ਰੋਡ ਦੀ ਹਾਂ ਯਾਰ ਭਿੰਦੇ ਦੀ ਕੱਟੀ ਜਾਂਦੀ ਹੈ ਮੇਰੇ ਕੇ ਨਹੀਂ ਵੀ ਸੇ ਅਦੀਲ ਦੀ ਕੱਟ ਕੱਟੀ ਗਈ ਅਦੀਲ ਦੀ ਤੇ ਨਹੀਂ ਨਹੀਂ ਭਾਜੀ ਮੇਰੀ ਲੱਗੀ ਨਾ ਹਾਂਜੀ ਹਾਂਜੀ ਅੱਛਾ ਜੇ ਭਿੰਦੇ ਭਾਜੀ ਦੀ ਨਹੀਂ ਆਇਆ ਬਈ ਅਦੀਲ ਭਾਜੀ ਦੀ ਕੱਟੀ ਗਈ ਹੈ ਹੈਲੋ ਰਾ ਕਹਿੰਦੇ ਨੇ ਬੇ ਕਹਿੰਦੇ ਰੈਗੂਲਰ ਕਰਨਾ ਸਪੀਡ ਵਿਲੋਚਿਤਾ ਇੰਟਰਲੈਸ਼ਨ ਵਾਲਾ ਕਰਤੀ ਸੀਗੇ ਕੰਡੀਸ਼ਨ ਦਾ ਸਰਾ ਦਾ ਰੈਗੂਲਰ ਕਰਨਾ ਸਪੀਡ ਰੋਡ ਦੀ ਕੰਡੀਸ਼ਨ ਦੇ ਹਿਸਾਬ ਦਾ ਉਹਨਾਂ ਕਹਿੰਦੇ ਮਨਾਈ ਹੈ ਬਿਲਕੁਲ ਫਜ਼ੂਲ ਗੱਲ ਕੀਤੀ ਨੇ ਗਲਤ ਕਹਿੰਦੇ ਪਏ ਠੀਕ ਹੈ ਰੈਗੂਲਰ ਕਰਨਾ ਤਾਂ ਜ਼ਰੂਰੀ ਹੁੰਦੀ ਹੈ ਨਾ ਰੋਡ ਦੀ ਕੰਡੀਸ਼ਨ ਦੇ ਹਿਸਾਬ ਨਾਲ ਕਰਤੀ ਸੀਗੇ ਆਉਂਦੀ ਹੈ ਖੂਬੀਆਂ ਖਾਸੀਅਤ ਪਿੱਛੇ ਹੋ ਗਿਆ।
ਕਹਿੰਦੇ ਵੀ ਇੱਦਾਂ ਤੋਂ ਇੱਕ ਵਾਰ ਤੋਂ ਕੋਸ਼ਿਸ਼ ਵੀ ਛੇ ਪੈਰੀ ਕੋਲ ਅੰਤਰਾਲ 'ਚ ਜਿਸ ਮੈਂ ਕਹਿੰਦੇ ਮਨਾਈ ਜਿਸ ਤੁਸੀਂ ਖਤਰਾ ਰਿਕਾਊਟ ਬਣਦੇ ਹੋ ਪਰ ਸਰਕੂਲੇਸ਼ਨ ਸਰਕੂਲੇਸ਼ਨ ਲਈ ਫਿਰ ਮਾਰੇ ਰੁਕਣਾ ਮਿਹਨਤਾਂ ਜਾਂ ਮਿਹਨਤੇ ਉਹਨਾਂ ਵੀ ਕੋਲ ਇੱਕ ਮੂਮੈਂਟ ਲਈ ਗੱਡੀ ਨੂੰ ਰੋਕਣਾ ਲੂਗੋ ਮਰਜ਼ੀ ਨੇ ਦਸਤਰਾ ਦੀ ਉਹਨਾਂ ਕਰ ਜਾ ਤਾਂ ਸੈਂਸੋਨਿਕੋ ਕਹਿੰਦੇ ਸੈਂਸੋਨਿਕੋ ਰੋਡ ਦੇ ਸੱਜੇ ਕਿਨਾਰੇ ਤੇ ਰੋਕਣਾ ਗੱਡੀ ਕਹਿੰਦੇ ਮਨਾਈ ਹੈ ਸੱਜੇ ਕਿਨਾਰੇ ਨੋਰਮਲੀ ਗੱਡੀ ਰੋਕਣੀ ਹੈ ਇਹ ਤਾਂ ਬਿਲਕੁਲ ਫਜ਼ੂਲ ਗੱਲ ਕੀਤੀ ਨੇ ਇਸ ਕਰਕੇ ਫਾਲਸ ਹੋਇਆ ਅੱਗੇ ਆ ਜਾਓ ਅਗਲੀ ਪਿਕਚਰ ਦੇ ਉੱਤੇ ਕੰਪਰਟਮੈਂਟ ਵਿੱਚ ਸਾਰੀਆਂ ਉਹਨਾਂ ਕੋਰੈਕਟਾ ਉਦੋਂ ਦਾ ਸਰਾਦਾ ਜਿਹਦਾ ਬਿਹੇਵੀਅਰ ਤੁਹਾਨੂੰ ਕਰੈਕਟ ਹੋਣਾ ਚਾਹੀਦਾ ਇੱਕ ਜਿਸ ਤਰ੍ਹਾਂ ਤੁਸੀਂ ਰੋਡ ਇਸਤੇਮਾਲ ਕਰਦੇ ਹੋ ਲਾਉ ਨੂੰ ਕਰੈਕਟ ਤੁਹਾਡਾ ਸਰਾਦਾ ਕਰੈਕਟ ਜਿਸ ਤਰ੍ਹਾਂ ਇਸਤੇਮਾਲ ਕਰਦੇ ਤੁਸੀਂ ਰੋਡ ਦਾ ਕਿ ਵਿਕੋਲ ਜਾਂ ਪਰਚੇ ਤੁਹਾਨੂੰ ਐਦ ਉਹਨਾਂ ਵੱਲੋਂ ਜਿਹਦਾ ਗਵਾ ਤਾ ਜੇ ਅੱਗੇ ਗੱਡੀ ਜਾਂਦੀ ਵੀ ਇੱਕ ਮੁਨਾਸਬ ਸਪੀਡ ਗਤੀ ਦੇ ਉੱਤੇ ਹੈ ਅਲੱਗ ਦਿਸ਼ੀਆਂ ਦਾ ਸਰਾਦਾ ਜਾਂ ਟ੍ਰੈਫਿਕ ਹੋ ਕਹਿੰਦੇ ਇੱਕ ਕਹਿੰਦੇ ਉਹਦਾ ਦਾ ਕਰੈਕਟ ਸਰਾਦਾ ਕਰੈਕਟ ਯੂਜ਼ ਕਰਨਾ ਰੋਡ ਦਾ ਤੂੰ ਮੁਰਾਦ ਹੈ ਕੰਪੋਰ ਦਾ ਸ਼ਾਮਲ ਹੈ ਵਿਕੋਲਿਕ ਪਰਚੇ ਦੋਨੋਂ ਉਹਨਾਂ ਬਲੋਚੀ ਦਾ ਗਵਾ ਦਾ ਅੱਗੇ ਵਧਣ ਗੱਡੀਆਂ ਇੱਕ ਮੁਨਾਸਬ ਸਪੀਡ ਦੇ ਉੱਤੇ ਅਲੱਗ ਕੰਡੀਸ਼ਨ ਨੇ ਦਾ ਸਰਾਦਾ ਈ ਦਲਾ ਟ੍ਰੈਫਿਕ ਰੋਡ ਦੀ ਕੰਡੀਸ਼ਨ ਦੇ ਹਿਸਾਬ ਨਾਲ ਸਪੀਡ ਰੱਖਣ ਔਰ ਟ੍ਰੈਫਿਕ ਦੀ ਕੰਡੀਸ਼ਨ ਦੇ ਹਿਸਾਬ ਨਾਲ ਸਪੀਡ ਰੱਖਣ ਦੁਰਸ ਕਹਿੰਦੇ ਬਿਹੇਵੀਅਰ ਹੋਇਆ ਲਊ ਤੋਂ ਕਰੈਕਟ ਦਾ ਸਰਾਦਾ ਕਰੈਕਟ ਯੂਜ਼ ਕਰਨਾ ਇਸ ਰੋਡ ਦਾ ਕੰਪੋਰ ਤਾਂ ਸ਼ਾਮਲ ਹੈ ਕਿ ਧਿਆਨੋ ਉਹ ਦਰਬਾਰ ਉਹ ਦਰਵਾ ਤੇ ਲੈ ਨੋਰਮੇ ਦੀ ਕੰਪੋਰਟਾਮੈਂਟ ਤੇ ਮੈਂਤੋ ਅਕਵਾਲੀ ਦਿੱਤਾ ਤੇ ਦੀ ਕਮੂਨੇ ਦੀ ਪ੍ਰੋਦੈਂਜਾ ਕਹਿੰਦੇ ਜਿਹੜੇ ਕਾਨੂੰਨ ਕਹਿੰਦੇ ਨੇ ਨਾ ਰੋਡ ਦੇ ਕਾਨੂੰਨ ਔਰ ਕਮੂਨ ਦੀ ਪ੍ਰੋਦੈਂਜਾ ਔਰ ਜਿਹੜੇ ਇਤਿਹਾਸ ਤੁਸੀਂ ਵਰਤ ਸਕਦੇ ਹੋ ਉਹਦੇ ਨਾਲ ਤੁਸੀਂ ਵਰਤੋ ਔਰ ਜਿਹੜੇ ਰੋਡ ਦੇ ਕਾਨੂੰਨ ਦੇ ਕਹਿੰਦੇ ਨੇ ਉਹਨਾਂ ਨੂੰ ਫਾਲੋ ਕਰਦੇ ਹੋਇਆ ਓਬਜ਼ਰਵ ਕਰਦੇ ਹੋਇਆ ਤੁਸੀਂ ਰੋਡ ਦੇ ਰੋਡ ਦੇ ਉੱਤੇ ਆਪਣਾ ਕਰੈਕਟ ਤਰੀਕੇ ਨਾਲ ਯੂਜ਼ ਕਰੋ ਰੋਡ ਨੂੰ ਦਰੁਸਤ ਕਹਿਣ ਪਿਆ ਇਹ ਵੀ ਵੇਰ ਹੋਇਆ ਤਿੰਨ ਨੰਬਰ ਉਹਦੇ ਕਰੈਕਟ ਦਾ ਅਸਰ ਦਾ ਰੋਡ ਦਾ ਕਰੈਕਟ ਤਰੀਕੇ ਨਾਲ ਇਸਤੇਮਾਲ ਕਰਨ ਦਾ ਮੁਰਾਦ ਇਹ ਹੈ ਕਿ ਟ੍ਰੈਫਿਕ ਜੇ ਸੋਰੀ ਕਹਿੰਦੇ ਉਹਦੇ ਕਰੈਕਟ ਦਾ ਅਸਰ ਦਾ ਕੰਪੋ ਦਾ ਕਰੈਕਟ ਯੂਜ਼ ਕਰਨਾ ਰੋਡ ਦਾ ਸ਼ਾਮਲ ਹੈ ਚੀ ਸੀ ਅਫਰੇਤਾ ਸੀ ਆ ਸੁਗੰਬਰਾ ਰਿਹਾ ਇੰਕਰੋਚੀਓ ਜਲਦੀ ਕਰੋ ਚੌਂਕ ਖਾਲੀ ਕਰਨ ਦੀ ਕੁਆਂਦੋ ਕਾਂਪੀਆ ਸੋਲਾ ਸਿਮਾਫਰੋ ਲੂਚੇ ਯਾ ਲਾਫੀਸਾ ਜਿਸ ਟਾਈਮ ਸਿਮਾਫਰੋ ਦੀ ਪੀਲੀ ਫਿਕਸ ਲਾਈਟ ਹੋ ਜਾਏ ਯਾ ਲਾਫੀਸਾ ਤੋਂ ਬਾਅਦ ਲਾਈਟ ਕਿਹੜੀ ਆਨ ਹੁੰਦੀ ਹੈ ਰੈਡ ਲਾਈਟ ਆਨ ਹੁੰਦੀ ਹੈ ਨੋਨ ਸੀ ਇਨ ਗਰਾਦੋ ਦੀ ਰਸਤਾਰੇ ਇਹ ਵਿਕੋਰੀ ਜੇ ਤੁਸੀਂ ਇਸ ਹਾਲਤ ਵਿੱਚ ਨਹੀਂ ਹੈ ਵੀ ਗੱਡੀ ਤੁਹਾਡੀ ਤੁਸੀਂ ਰੋਕ ਸਕੋ ਇਨ ਸਿਕਿਉਰਿਟੀ ਸੂਰਤ ਵਿੱਚ ਫਰੀਮਾ ਦਾ ਸਰੀਚ ਦੀ ਰੈਸਟ ਹੋ ਜਿਹੜਾ ਲਾਈਨ ਹੁੰਦੀ ਹੈ ਸਰੀਚ ਦੀ ਰੈਸਟ ਹੋ ਰੁਕਣ ਵਾਲੀ ਲਾਈਨ ਜਦੋਂ ਤੋਂ ਪਹਿਲਾਂ ਤੁਸੀਂ ਗੱਡੀ ਸਿਕਿਉਰਿਟੀ ਸੂਰਤ ਵਿੱਚ ਨਹੀਂ ਰੋਕ ਸਕਦੇ ਹੈ ਵੀ ਤਾਂ ਤੁਸੀਂ ਕੀ ਕਰਨਾ ਹੈ ਸੁਗੰਬਰਾ ਰੇ ਇੰਕਰੋਚੀਓ ਅਫਰੇਤਾ ਅਫਰੇਤੀ ਜਲਦੀ ਚੌਂਕ ਖਾਲੀ ਕਰ ਦਿਓ ਲਿਬਰੋ ਕਰ ਦਿਓ ਵਿਹਲਾ ਕਰ ਦਿਓ ਦਰੁਸਤ ਕਹਿਣ ਪਿਆ ਵੇਰ ਹੋਇਆ ਵੀ ਉਹਦਾ ਕਰੈਕਟ ਦਸਰਾ ਦਾ ਕਰੈਕਟ ਇਸਤੇਮਾਲ ਕਰਨਾ ਰੋਡ ਦਾ ਇੱਕ ਅੰਪੋਰ ਤਾਂ ਸ਼ਾਮਲ ਹੈ ਕਿ ਸੀ ਦਿਆਲਾ ਪ੍ਰਚੀ ਦਿੰਦਾ ਪੈਦੋ ਨਹੀਂ ਵੀ ਤੁਸੀਂ ਪਹਿਲ ਦਿਨ ਨਹੀਂ ਪਹਿਲ ਦਿਓ ਕਿ ਅਤਰਵਰਸਾ ਨੂੰ ਸੁਲ ਅਤਰਵਰ ਸਮੇਤ ਬਦਨਾ ਲਈ ਜਿਹੜੇ ਕਿ ਪਾਰ ਕਰਦੇ ਰੋਡ ਅਤਰਵਰ ਸਮੇਤ ਬਦਨਾ ਦੇ ਉੱਤੇ ਯਾਨੀ ਕਿ ਜ਼ੇਬਰਾ ਕ੍ਰੋਸਿੰਗ ਦੇ ਉੱਤੇ ਜਿਹੜੇ ਰੋਡ ਪਾਰ ਕਰਦੇ ਨੇ ਕੀ ਕਰਨਾ ਉਹਨਾਂ ਨੂੰ ਦਿਆਲਾ ਪ੍ਰਚੀ ਉਹਨਾਂ ਨੂੰ ਪਹਿਲ ਦਿਓ ਦਰੁਸਤ ਕਹਿੰਦੇ ਪਏ ਵੀ ਵੇਅਰ ਹੋਇਆ ਵੀ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਹੜੇ ਕਿ ਜ਼ੇਬਰਾ ਕ੍ਰੋਸਿੰਗ ਦੇ ਉੱਤੇ ਪਹਿਲਾਂ ਨਹੀਂ ਪਹਿਲ ਹੁੰਦੀ ਹੈ ਠੀਕ ਹੈ ਕਿਉਂਕਿ ਪਹਿਲ ਉਹਨਾਂ ਦੀ ਬਣਦੀ ਹੈ ਉਹ ਜੋ ਕਰੈਕਟ ਦਾ ਲਸਰਾ ਦਾ ਕਰੈਕਟ ਇਸਤੇਮਾਲ ਕਰਨਾ ਰੋਡ ਦਾ ਕੰਪੋਰਟ ਦਾ ਸ਼ਾਮਲ ਹੈ ਕੇ ਸੀ ਉਸੀਨੋ ਪ੍ਰੋਪਰੀਓ ਸੋਰੀ ਉਸੀਨੋ ਅਪ੍ਰੋਪ੍ਰੀਓਟੋਰੀ ਅਨਬਲਿਆਂਤੀ ਨੇ ਚੰਦਰੀ ਵਿਦਾਤੀ ਨਲੇ ਔਰ ਨਦੂਰ ਨੇ ਕਹਿੰਦੇ ਜਿਸ ਟਾਈਮ ਤੁਸੀਂ ਨਿਕਲਦੇ ਹੋ ਔਨ ਹੋਵੇਨ ਇਸਤੇਮਾਲ ਕਰੋ ਤੁਸੀਂ ਪ੍ਰੋਟੋਰੀਆ ਨਾਲ ਬਲੈਂਤੀ ਨੋਰਮਲ ਲਾਈਟਾਂ ਇਸਤੇਮਾਲ ਕਰੋ ਨੇਚੰਦਰੀ ਵਿਦਾ ਸ਼ਹਿਰ ਦੇ ਵਿੱਚ ਨਲੇ ਔਰ ਨਤੂਰ ਨੇ ਰਾਤ ਦੇ ਟਾਈਮ ਤੇ ਦੁਰਸਤ ਵੇ ਰਾਤ ਦੇ ਟਾਈਮ ਤੇ ਤੁਸੀਂ ਅਨਬਲੈਂਤੀ ਲਾਈਟ ਦਾ ਹੀ ਯੂਜ਼ ਕਰਨਾ ਚਾਹੀਦਾ ਠੀਕ ਹੈ ਵੇਰ ਹੋਇਆ ਜੀ ਭਾਬੀ ਜੀ ਜੀ ਰਾਤੀ ਓਬਲੀਗੋ ਹੁੰਦੀਆਂ ਨਾ ਹਰ ਜਗ੍ਹਾ ਤੇ ਦਿਨ ਨੂੰ ਸ਼ਹਿਰ ਦੇ ਵਿੱਚ ਓਬਲੀਗੋ ਨਹੀਂ ਹੁੰਦੀਆਂ ਸ਼ਹਿਰ ਦੇ ਵਿੱਚ ਭਾਵੇਂ ਲੂਚੇ ਪੋਜੀਸ਼ਨ ਬਾਹ ਲਓ ਭਾਵੇਂ ਬਲਿਆਂਤੀ ਬਾਹ ਲਓ ਭਾਵੇਂ ਨਾਲ ਬਾਹ ਲਓ ਸ਼ਹਿਰ ਦੇ ਵਿੱਚ ਯਾਨੀ ਕਿ ਲੋੜ ਨਹੀਂ ਹੁੰਦੀ ਸ਼ਹਿਰ ਤੋਂ ਬਾਹਰ ਲਾਜ਼ਮੀ ਹੁੰਦਾ ਠੀਕ ਹੈ ਤੇ ਯਾਨੀ ਕਿ ਸਰੋਣਾ ਪਿੰਚੀ ਵਾਲੇ ਅਸਰਾ ਦੇ ਦਿਨੇ ਵੀ ਲਾਜ਼ਮੀ ਹੁੰਦਾ ਹੈ ਠੀਕ ਹੈ ਅੱਗੇ ਕਹਿੰਦੇ ਨੇ ਪਏ
अरे भाई साहब चेक करो अली, मेरे पास ये है ना अफर भाई साहब, जैसे ऐसे पर ना आता है क्या बैठा है अलरा। 6 नंबर है क्वेश्चन है, यू द करेक्ट द सरादा करेक्ट इस्तेमाल करना रोड दा कंपोर दा शामिल है के सी ग्वार्डिनो ली स्पेक्यूलर ट्रिविजोरी देखो तो पीछे देखने वाला शीशा प्रीमा दिन जियारे इन अर्जुनार इन देखते रहे रेशियों ने पहला ऑन करने तो इंडिकेटर रेशियों वाले पर कंबियारे कोर्सी है जिसने तो कोर्सी चेंज करनी है दूसरे कहने पे वेर होया जिसने तो कोर्सी चेंज करनी होगा ना अरे भाई साहब करो अजय बैठ तो देखो पीछे देखने वाला शीशे विच प्रीमा दिन जियारे इंडिकेटर रेशियों ने पहले इंडिकेटर रेशियों वाले ऑन करने तो जिस तरह तुम कंपेयर कोर्स इस कोर्स चेंज कर दियो अरा अगे कहते हैं पे 7 नंबर क्वेश्चन उदो करेक्ट द सरादा करेक्ट इस्तेमाल करना रोड दा आ गया ली वो करेक्ट इस्तेमाल करना रोड दा कंपोर दा शामिल है के विकोली इंपिनियर सेंप्रे ला कर जाता इल प्यू रपीडामेंट पॉसिबल है वे इंटर ऑन कर जाते होता है जिन्ना जल्दी पॉसिबल होवे ए भी गलत कहने पे जल्दी नहीं करनी होती जल्दी तो कम शतान दा होता है इस करके बिल्कुल जल्दी नहीं करनी है भी ठीक है इस करके फाल्स हो 8 नंबर उदो करेक्ट द सरादा करेक्ट इस्तेमाल करना रोड दा केस अरेस्टी सेंप्रे इ पॉसिबल ए पसाजी इ पेडोनी Riportando solo se ne se non sporaggiungono pedoni. ਕਹਿੰਦੇ ਨੇ ਕਰੈਕਟ ਇਸਤੇਮਾਲ ਕਰਨਾ ਰੋਡ ਦਾ ਕਿ ਅਸੀਂ ਅਰੈਸਟੀ ਜੇ ਤੁਸੀਂ ਰੁਕਦੇ ਹੋ ਸੈਂਪਰੇ ਪਸਾਜੀਓ ਪੈਦੋਨੀ ਹਮੇਸ਼ਾ ਪਸਾਜੀਓ ਪੈਦੋਨੀ ਦੇ ਉੱਤੇ ਰਿਪੋਰਟਾਂਡੋ ਸੋਲੋ ਸੇ ਨੋਨ ਸਪੋਰ ਸੋਪਰਾਜੁੰਜੋਨੋ ਪੈਦੋਨੀ ਜੇ ਨਹੀਂ ਵੀ ਪੈਦੋਨੀ ਆਉਣ ਲੱਗੀ ਤੇ ਪੈਦੋਨੀ ਨਹੀਂ ਆਉਣ ਲੱਗੀ ਤੇ ਫਿਰ ਰੁਕਣ ਦੀ ਲੋੜ ਨਹੀਂ ਹੈ ਵੀ ਠੀਕ ਹੈ ਇਸ ਕਰਕੇ ਇਹ ਪਸਾਜੀਓ ਜਿਹੜੀ ਇਸ ਕਰਕੇ ਇਹ ਵੀ ਗਲਤ ਕਹਿੰਦੇ ਪਏ ਫਾਲਸ ਹੋਇਆ ਠੀਕ ਹੈ ਇਹ ਯਾਤਰਾ ਪਰ ਸਮੇਂ ਪੈਦਰਾਲੀ ਦੀ ਵੀ ਗੱਲ ਨਹੀਂ ਕਰ ਰਹੇ ਪਸਾਜੀ ਦੀ ਗੱਲ ਕਰ ਰਹੇ ਨਾ ਉਹ ਹੋਰ ਚੀਜ਼ ਹੁੰਦੀ ਹੈ ਉਹ ਜੋ ਕਹਿੰਦਾ ਜੀ ਮੈਂ ਇੱਕ ਮਿੰਟ ਫਿਰ ਤੁਹਾਨੂੰ ਦਿੰਦਾ ਦੁਬਾਰਾ ਪੜ੍ਹ ਲਿਆ ਉਹ ਜੋ ਕਹਿੰਦਾ ਦਰਅਸਲ ਕਰੈਕਟ ਯੂਜ਼ ਕਰਨਾ ਰੋਡ ਦਾ ਠੀਕ ਹੈ ਕੰਪੋਰ ਤਾਂ ਸ਼ਾਮਲ ਹੈ ਚੀਸੀ ਅਰੈਸਟੀ ਸੈਂਪਰੇ ਪਸਾਜੀਓ ਪੈਦਰਾਲੀ ਪਸਾਜੀਓ ਪੈਦਰਾਲੀ ਤੇ ਹਮੇਸ਼ਾ ਰੁਕਣਾ ਪਸਾਜੀਓ ਪੈਦਰਾਲੀ ਕੀ ਹੁੰਦੇ ਨੇ ਪਤਾ ਹੈ ਕਹਿੰਦੇ ਸੈਂਪਰ ਉੱਥੇ ਰੁਕਣਾ ਰਿਪੋਰਟਾਂਡੋ ਸੋਲੋ ਸੇ ਨੋਨ ਸੋਪਰਾਜੁੰਜਾ ਨੂੰ ਪੈਦੋਨੀ ਸਿਰਫ ਜੇ ਨੀ ਪੈਦੀ ਵੀ ਪੈਦੋਨੀ ਜੇ ਪੈਦੋਨੀ ਨੀ ਆਉਂਦੀ ਵੀ ਹੈ ਵੀ ਤੇ ਫਿਰ ਤੁਹਾਨੂੰ ਰੁਕਣਾ ਲਾਜ਼ਮੀ ਹੁੰਦਾ ਉੱਥੇ ਇਸ ਕਰਕੇ ਫਾਲਸ ਹੋ ਗਿਆ ਨਾ ਸੈਂਪਰ ਰੁਕਣ ਦੀ ਲੋੜ ਨਹੀਂ ਹੁੰਦੀ ਹੈ ਵੀ ਠੀਕ ਹੈ ਕਹਿੰਦੇ ਉਹ ਤਾਂ ਕਰੈਕਟ ਦਾ ਸਰਾ ਦਾ ਕਰੈਕਟ ਇਸਤੇਮਾਲ ਕਰਨਾ ਰੋਡ ਦਾ ਇੱਕ ਕੰਪੋਰ ਤਾਂ ਸ਼ਾਮਿਲ ਹੈ ਕਿ ਸੀ ਉਜ਼ੀਨੋ ਨੀਨ ਊਨੀ ਕਾਜੋ ਪ੍ਰਿਓਤੋਰੀ ਲੂਚੇ ਅਬਲੈਂਤੀ ਕਹਿੰਦੇ ਹਰ ਕੇਸ ਵੀ ਅਬਲੈਂਤੀ ਲਾਈਟ ਦਾ ਇਸਤੇਮਾਲ ਕਰੋ ਅਬਲੈਂਤੀ ਲਾਈਟ ਦਾ ਇਸਤੇਮਾਲ ਕਰਨਾ ਹੁੰਦਾ ਹੈ ਆਨ ਅਬਲੈਂਤੀ ਦਾ ਨੋਰਮਲੀ ਇਸਤੇਮਾਲ ਕਰਨਾ ਹੁੰਦਾ ਹੈ ਉਹ ਨੋਰਮਲ ਲਾਈਟ ਹੁੰਦੀ ਹੈ ਇਸ ਕਰਕੇ ਬਿਲਕੁਲ ਫਜ਼ੂਲ ਕਰਕੇ ਤੇ ਫਾਲਸ ਹੋਇਆ ਠੀਕ ਹੈ ਉਹਦੇ ਕਰੈਕਟ ਦਾ ਸਰਾ ਦਾ ਕਰੈਕਟ ਇਸਤੇਮਾਲ ਕਰਨਾ ਰੋਡ ਦਾ ਕੰਪੋਰ ਦਾ ਸ਼ਾਮਲ ਹੈ ਕੇਸੀ ਪਰਚੇ ਦੇ ਅਵਲੋਚਿਤਾ ਅਲੇਵਾਤਾ ਅੱਗੇ ਤੋਂ ਵਧੋ ਤੁਸੀਂ ਤੇਜ਼ ਸਪੀਡ ਦੇ ਉੱਤੇ ਪਰ ਨੋਨ ਕਰੀਅਰ ਇੰਟਰਵਲ ਚ ਵੀ ਤੁਸੀਂ ਰੁਕਾਵਟ ਨਾ ਬਣੋ ਆਇਆ ਵੀ ਕਿਸੇ ਦੇ ਲਈ ਦੇਖੋ ਹਮੇਸ਼ਾ ਆਲਤਾ ਬਲੋਚਿਤਾ ਯਾਨੀ ਕਿ ਤੇਜ਼ ਸਪੀਡ ਨਹੀਂ ਰੱਖ ਸਕਦੇ ਆ ਵੀ ਡਿਪੈਂਡ ਕਰਦਾ ਸਿਚੁਏਸ਼ਨ ਦੇ ਉੱਤੇ ਇਸ ਕਰਕੇ ਫਾਲਸ ਹੋਇਆ ਅੱਗੇ ਜੋ ਉਹਦੇ ਉੱਤੇ ਕਰੈਕਟ ਦਾ ਸਰਾਦਾ ਜੇ ਕਰੈਕਟ ਇਸਤੇਮਾਲ ਕਰਨਾ ਰੋਡ ਦਾ ਕੰਪੋਰਟ ਤਾਂ ਸ਼ਾਮਿਲ ਹੈ ਕਿ ਚੀਜ਼ ਸੀ ਅਰੈਸਟੀ ਇਨ ਉਨੀ ਕਾਦੋ ਵੀ ਤੁਸੀਂ ਰੁਕੋ ਹਰ ਕੇਸ ਵਿੱਚ ਇਨ ਪ੍ਰੈਜੈਂਸ ਆ ਦਲਾ ਸਿਨਿਆਲੇ ਇਹ ਫਿਗੂਰਾ ਜਾਂ ਮੌਜੂਦ ਹੋਇਆ ਸਿਗਨਲ ਫੋਟੋ ਵਿੱਚ ਤੇ ਜੇ ਸਿਗਨਲ ਹੋਵੇ ਤਾਂ ਹਰ ਸੂਰਤ ਵਿੱਚ ਰੁਕਣਾ ਨਹੀਂ ਹੁੰਦਾ ਹੈ ਵੀ ਇਸ ਕਰਕੇ ਇਹ ਵੀ ਗਲਤ ਕਹਿੰਦੇ ਫਾ ਜੇ ਦੇ ਦਾਰ ਪ੍ਰਜਨ ਹਰ ਸੂਰਤ ਵਿੱਚ ਰੁਕਣਾ ਲਾਜ਼ਮੀ ਨਹੀਂ ਹੁੰਦਾ ਕਿਉਂਕਿ ਜੇ ਗੱਡੀ ਆਉਂਦੀ ਹੋਵੇ ਫਿਰ ਰੁਕਣਾ ਹੁੰਦਾ ਠੀਕ ਹੈ ਇਸ ਕਰਕੇ ਫਾਲਸ ਹੋ
ਕਹਿੰਦੇ ਅਲੂਕੇ ਦਿਨ ਉਹ ਤੇ ਕਈ ਵਾਰ ਰਾਤੀ ਸੁਸਤ ਰਾਤੀ ਐਕਸਟਰਬਾਨ ਦੇ ਸ਼ਹਿਰ ਤੋਂ ਬਾਹਰ ਰੋੜਤੇ ਇਨ ਕਰੋਚਿਆਮ ਉਹਨਾਂ ਵੀ ਕੋਲ ਹੀ ਕੋਨ ਪਾਰੀ ਲੂਚੇ ਆਦਾ ਅਬ ਲੈਣ ਤੇ ਅਚੇ ਜੀ ਜੇ ਸਾਨੂੰ ਇੱਕ ਲੈਟ ਗੱਡੀ ਮਿਲਦੀ ਜਿਹਦੀ ਅਬ ਲੈਣ ਦੀ ਲਾਈਟ ਹੋਣਾ ਅਬ ਪੂਰੇ ਪ੍ਰੋਚੇਦਰ ਕੋਨ ਪ੍ਰੋਦੈਂਜ਼ਾ ਲਾਜ਼ਮੀ ਅੱਗੇ ਵਧੋ ਪ੍ਰੋਦੈਂਸ ਕੋਨ ਪ੍ਰੋਦੈਂਜ਼ਾ ਸਾਵਧਾਨੀ ਇਤਿਆਦ ਦੇ ਨਾਲ ਉਜਾਂਦੋ ਲੈ ਲੂਚੇ ਆਣਾ ਬਲੈਣ ਦੀ ਲਾਈਟਾਂ ਦਾ ਇਸਤੇਮਾਲ ਕਰਦੇ ਹਾਂ ਜੇ ਅਗਲੇ ਨੇ ਅਬਲੈਂਥ ਦੀ ਲਾਈਟ ਲਾਨ ਕੀਤੀ ਹੈ ਤਾਂ ਅਸੀਂ ਅਨਬਲੈਂਥ ਦੀ ਲਾਈਟ ਆਨ ਕਰਕੇ ਅੱਗੇ ਵਧੀਏ ਔਰ ਇਤਿਆਦ ਸਾਵਧਾਨੀ ਦਾ ਪ੍ਰਯੋਗ ਕਰੀਏ ਠੀਕ ਹੈ ਦੁਸਤਨ ਤੇ ਵੇਰ ਹੋਇਆ ਅਗਰ ਨਾ ਲੂੰਗੇ ਦਿਨ ਉਹ ਤੇ ਕਈ ਵਾਰ ਰਾਤੀ ਸੁਸਰਾ ਦੇ ਐਕਸਟਰਬਾਨ ਹੈ ਸ਼ਾਇਦ ਬਾਹਰ ਰੋਟਾ ਹੈ ਪਹਿਲੀ ਪਹਿਲੀ ਲੈਣਾ ਤਕਰੀਬਨ ਦੋ ਇੱਕੋ ਜਿਹੀ ਨੇ ਸਭਾਂ ਦੀਆਂ ਠੀਕ ਹੈ ਪਹਿਲੀ ਦੋ ਲੈਣਾ ਤਕਰੀਬਨ ਕਹਿੰਦੇ ਇੰਕਰਚਿਆਂ ਵਲੂਚੇ ਵਿਕੋਲਿਆ ਫਾਰੀ ਆਲੂਚੇ ਆਨਾ ਅਵਲੈਂਥੀਆ ਚਾਹੀਏ ਜੀ ਅਵਲੈਂਥੀ ਲਾਈਟ ਅਗਲੀ ਨਾਲ ਕੀਤੀ ਹੋਈ ਹੈ ਆ ਪੂਰੇ ਦੇਸ਼ ਤੋਂ ਗਵਾਰ ਦੋ ਦਲ ਫਾਸਟ ਕਿਲੋਮੀਨੋ ਦੋ ਜਿਹੜੀ ਉਹਨਾਂ ਦੀ ਲਾਈਟ ਤੁਹਾਡੀ ਅੱਖਾਂ 'ਚ ਬਹਿ ਰਹੀ ਉਹਨੂੰ ਧਿਆਨ ਹਟਾਓ ਪਰ ਨੋਨ ਐਸਰ ਹੈ ਵਲਿਆਂ ਦੀ ਵੀ ਤੁਸੀਂ ਅਬਲਿਆ ਰਹਿਣਾ ਹੋ ਜਾਓ ਠੀਕ ਹੈ ਦਰੁਸਤ ਕਹਿਣ ਪੇ ਫੇਰ ਹੋਇਆ ਅਲੂਮ ਕੇ ਦਿਨ ਉਹ ਕਈ ਵਾਰ ਰਾਤੀ ਸੁਸ ਤਰ੍ਹਾਂ ਦੇ ਸ਼ੁਰਬਾਨ ਸ਼ਾਇਦ ਤੋਂ ਬਾਹਰ ਹੋਤੇ ਰੁਚਿਆ ਵੀ ਕੋਲੀ ਕੋ ਪਾਰੀ ਆਲੂ ਚ ਅਬਲੈਂਥ ਹੈ ਜੈ ਜੀ ਜੇ ਅਗਲੀ ਦੀ ਲਾਈਟ ਅਬਲੈਂਥ ਹੀ ਹੋਣ ਹੈ ਅਕੂਰੇ ਰਲਨ ਤਾਰੇ ਲਾਜ਼ਮੀ ਐਸਾ ਕਰੋ ਐਦ ਗੌਤਮ ਮੈਂ ਤੇ ਕਾਫੀ ਐਸਾ ਕਰੋ ਐਦ ਵੰਤ ਵਾਲੀ ਫਿਰ ਮਾਰਤੀ ਜੋ ਲੋੜ ਪਵੇ ਤਾਂ ਰੁਕ ਵੀ ਜਾਓ ਦਰੁਸਤ ਕਹਿੰਦੇ ਪੇ ਵੀ ਫੇਰ ਹੋਇਆ ਅਲੂਮ ਕੇ ਦਿਨ ਉਹ ਕਈ ਵਾਰ ਰਾਤੀ ਸੁਸ ਤਰ੍ਹਾਂ ਦੇ ਸ਼ੁਰਬਾਨ ਸ਼ਾਇਦ ਤੋਂ ਬਾਹਰ ਹੋਤੇ ਇਨਕਰੁਚਿਆਂ ਨੂੰ ਉਹਨਾਂ ਵੀ ਕੋਲ ਹੀ ਕੋਨ ਫਾਰੀ ਆਲੂਚੇ ਅਬਲਿਆਂ ਦੀ ਅੱਛੇ ਜੀ ਜਿਸ ਤਰ੍ਹਾਂ ਅਗਲੇ ਦੀ ਅਬਲਿਆਂ ਦੀ ਲਾਈਟ ਹੋਣਾ ਹੈ ਅਕੂਰੇ ਤਨੇਰੇ ਕੌਣ ਤੋਂ ਲਾਜ਼ਮੀ ਇਸ ਗੱਲ ਦੇ ਧਿਆਨ ਰੱਖੋ ਦਿਲਾ ਰਿਦੋ ਤਾਂ ਵਿਜ਼ਿਬਿਲਤਾ ਜਿੱਥੇ ਘੱਟ ਵਿਜ਼ਿਬਿਲਤਾ ਜਿਹੜੀ ਹੁੰਦੀ ਹੈ ਰਿਦੋ ਤਾਂ ਵਿਜ਼ਿਬਿਲਤਾ ਨੋਸਟਰੋ ਕੰਪੋਰਟਾ ਕੰਪੋਰਟਾਮੈਂਟ ਦੀ ਗਵੀਦਾ ਕਹਿੰਦੇ ਜਿਹੜੀ ਸਾਡੀ ਘੱਟ ਵਿਜ਼ਿਬਿਲਤਾ ਹੈ ਦੁਬਾਰਾ ਪੜ੍ਹਨਾ ਅਲੂ ਕਹਿੰਦੇ ਨੇ ਅਬਲੈਂਥ ਦੀ ਲਾਈਟ ਔਨ ਕਰਕੇ ਗੱਡੀ ਆਉਂਦੀ ਪਈ ਅਕੂਰੇ ਤਨੇਰੇ ਕੌਣ ਤੋਂ ਇਸ ਗੱਲ ਦਾ ਧਿਆਨ ਰੱਖੋ ਕਿ ਦਿਲਾ ਨੋਸਤਰਾ ਰਿਦੋਤਾ ਵਿਜ਼ਿਬਿਲਤਾ ਜਿਹਦੀ ਘੱਟ ਵਿਜ਼ਿਬਿਲਤਾ ਆਉਣੀ ਹੈ ਨਿਲਾ ਨੋਸਤਰਾ ਕੰਪੋਰਟਾਮੈਂਟ ਦੀ ਗਵੀਦਾ ਕਹਿੰਦੇ ਜਿਹੜੀ ਸਾਡੀ ਘੱਟ ਵਿਜ਼ਿਬਿਲਟ ਹੈ ਇਹ ਸਾਡੇ ਡਰਾਈਵ ਕਰਨ ਦੇ ਬਿਹੇਵੀਅਰ ਵਿੱਚ ਇਹ ਇਫੈਕਟ ਕਰ ਸਕਦੀ ਹੈ ਦਰੁਸਤ ਕਹਿੰਦੇ ਵੀ ਵੇਰ ਹੋਇਆ ਠੀਕ ਹੈ ਅਲੂਕੇ ਦਿਨ ਉਹ ਤੇ ਸੁਸਰਾ ਦੇ ਸ਼ੁਰਬਾਨ ਹੈ ਇੰਕਰੁਚਿਆ ਉਹਨਾਂ ਵੀ ਕੋਲੀ ਕੌਣ ਲੂ ਫਾਰੀ ਲੂਚੇ ਅਨ ਅਬਲਿਆਂ ਤੇ ਅਚੇ ਦੀ ਜੇ ਤੁਹਾਨੂੰ ਮਿਲਦੀ ਵੀ ਗੱਡੀ ਜਿਹਨੇ ਅਬਲਿਆਂ ਦੀ ਲਾਈਟ ਔਨ ਕੀਤੀ ਹੋਈ ਹੈ ਸ਼ਹਿਰ ਤੋਂ ਬਾਹਰ ਉੜਤੇ ਅਕੂਰੇ ਅਬਿਤਾਰੇ ਬਰੁਸ਼ਕੇ ਮਨਵਰੇ ਲਾਜ਼ਮੀ ਹੈ ਤੁਸੀਂ ਬੱਚੋ ਬਰੁਸ਼ਕੇ ਮਨਵਰੇ ਅਚਾਨਕ ਕੁਛ ਕਰ ਲਓ ਬਰੁਸ਼ਕੇ ਜਿਸ ਕੁਐਸਚਨ ਵਿੱਚ ਆਇਆ ਵੈਸੇ ਵੇਅਰ ਹੋ ਜਾਂਦੇ ਵੈਸੇ ਉਹ ਬਰੁਸ਼ਕੇ ਵਾਲੇ ਕੁਐਸਚਨ ਵੈਸੇ ਵੇਅਰ ਹੋ ਜਾਂਦੇ ਨੇ ਕਹਿੰਦੇ ਲਾਜ਼ਮੀ ਬੱਚੋ ਤੁਸੀਂ ਬਰੁਸ਼ਕੇ ਮਨਵਰੇ ਕਰ ਦੂ ਅਚਾਨਕ ਕੁਛ ਕਰ ਦੂ ਬੱਚੋ ਕੰਬਿਓ ਦੀ ਕੋਰਸੀਆ ਜੇ ਜਿਵੇਂ ਤੁਸੀਂ ਕੋਰਸੀਆ ਵਗੈਰਾ ਚੇਂਜ ਕਰਨੀ ਹੋਵੇ ਤਾਂ ਠੀਕ ਹੈ ਅੱਗੇ ਕਹਿੰਦੇ ਲੋਕ ਕਹਿੰਦੇ ਉਹ ਤੇ ਕਈ ਵਾਰ ਰਾਤੀ ਸੁਸਤਰਾ ਦੇ ਸ਼ੁਰਬਾਨ ਸ਼ਹਿਰ ਤੋਂ ਬਾਹਰ ਹੋਤੇ ਰੁਚਿਆਂ ਵੀ ਕੋਲੀ ਉਹਨਾਂ ਵੀ ਕੋਲੋ ਕੌਣ ਫਾਰੀ ਲੂਚੇ ਅਬਲਿਆਂ ਦੇ ਅਚੇ ਦੀ ਜਿਹਨੇ ਅਬਲਿਆਂ ਦੀ ਲਾਈਟ ਔਨ ਕੀਤੀ ਹੋਵੇ ਜੀ ਭਾਜੀ ਬਰੁਸ਼ਕ ਵਾਲੇ ਵੇਰ ਹੁੰਦੇ ਭਾਜੀ ਜੀ ਲੇਕਿਨ ਕੁਐਸਚਨ ਵੇਰੋ ਹੈ ਨਾ ਇਹ ਬਰੁਸ਼ਕੇ ਜਿਹਦੇ ਵਿੱਚ ਲਿਖਿਆ ਹੋਵੇਗਾ ਨਾ ਬਰੁਸ਼ਕੇ ਇਹ ਲਫ਼ਜ਼ ਵਰਡਿੰਗ ਹੋਵੇਗੀ ਉਹ ਵੇਰੋ ਹੋਣਗੇ ਕੁਐਸਚਨ ਠੀਕ ਹੈ ਭਾਬੀ ਜੀ ਬਰੁਸ਼ਕਾ ਮੈਂ ਤੇ ਨਹੀਂ ਬਰੁਸ਼ਕੇ ਸਿਰਫ ਲਿਖਿਆ ਹੋਵੇਗਾ ਤਾਂ ਠੀਕ ਹੈ ਜੇ ਹੋਰ ਕੁਛ ਲਿਖਿਆ ਹੋਇਆ ਥੋੜਾ ਬਹੁਤ ਵੀ ਇੱਕ ਦਫ਼ਾ ਲਫ਼ਜ਼ ਵੀ ਡਿਫਰੈਂਟ ਹੋਵੇਗਾ ਇਹਦੇ ਵਿੱਚ ਵਰਡਿੰਗ ਦੇ ਵਿੱਚ ਤੇ ਫਿਰ ਤੁਸੀਂ ਆਪੇ ਪੜ੍ਹਨਾ ਵਾ ਠੀਕ ਹੈ ਜੇ ਬਰੁਸ਼ਕੇ ਲਿਖਿਆ ਹੋਵੇਗਾ ਤਾਂ ਵੇਰ ਹੁੰਦੇ ਨੇ ਠੀਕ ਹੈ ਬਰਾਵਾ ਸ਼ਾਬਾਸ਼ ਛੇ ਨੰਬਰ ਅਲੰਕ ਦਿਨ ਉਹ ਤੇ ਸੁਸਤਰਾ ਦੇ ਸ਼ਰਮਾਨ ਨੇ ਇੱਕ ਸ਼ਰਮਾਨ ਨੇ ਪ੍ਰਚਾਮ ਵੀ ਕੋਲੀ ਕੋਲ ਲੂਚੇ ਫਾਰੀ ਲੂਚੇ ਅਬ ਲਿਆਂ ਦੇ ਅਚੇ ਜੀ ਅਕੂਰੇ ਦਿਸ ਪੋਰੇ ਇਲ ਰੈਟਰੋਵਿਜ਼ੋਰੀ ਇੰਟਰਨੋ ਲਾਜ਼ਮੀ ਹੈ ਜਿਹੜਾ ਪਿੱਛੇ ਵੇਖਣ ਵਾਲਾ ਜੇ ਸ਼ੀਸ਼ਾ ਅੰਦਰ ਵਾਲਾ ਤਿੰਨ ਸ਼ੀਸ਼ੇ ਹੁੰਦੇ ਨਾ ਗੱਡੀ ਦੇ ਪਿੱਛੇ ਵੇਖਣ ਵਾਲੇ ਸੱਜੇ ਖੱਬੇ ਵਾਲਾ ਔਰ ਸੈਂਟਰ ਵਾਲਾ ਕਹਿੰਦੇ ਜਿਹੜਾ ਸੈਂਟਰ ਵਾਲਾ ਸ਼ੀਸ਼ਾ ਨਾ ਉਹਨਾਂ ਤੋਂ ਇਨ ਪੋਜੀਸ਼ਨ ਹੈ ਅੰਤੀ ਅਬ ਲਿਆਂ ਦੀ ਕਹਿੰਦੇ ਉਹਦੀ ਪੋਜੀਸ਼ਨ ਐਕਟਿਵ ਕਰ ਦਿਓ ਅੰਤੀ ਅਬ ਲਿਆਂ ਦੀ ਐਕਟਿਵ ਕਰ ਦਿਓ ਅੰਤੀ ਅਬ ਲਿਆਂ ਦੀ ਇੱਕ ਪੋਜੀਸ਼ਨ ਹੁੰਦੀ ਹੈ ਜਿਹੜੀ ਅਸੀਂ ਅੱਗੇ ਪੜ੍ਹਾਂਗੇ ਕਿ ਜਦ ਪਿੱਛੇ ਕੋਈ ਗੱਡੀ ਆ ਰਹੀ ਹੈ ਸਾਡੇ ਨਜ਼ਦੀਕ ਜਿਹਨੇ ਅਬਲੈਂਥ ਦੀ ਲਾਈਟ ਔਨ ਕੀਤੀ ਹੋਵੇ ਉਹ ਲਾਈਟ ਕੀ ਕਹੇਗੀ ਸੈਂਟਰ ਵਾਲੇ ਸ਼ੀਸ਼ੇ ਵਿੱਚ ਪੈ ਕੇ ਰਿਫਲੈਕਟ ਕਰਕੇ ਸਾਡੀ ਅੱਖਾਂ 'ਚ ਪੈਂਦੀ ਹੁੰਦੀ ਹੈ ਬਈ ਤੇ ਅਸੀਂ ਇਸ ਸੈਂਟਰ ਵਾਲੇ ਸ਼ੀਸ਼ੇ ਵਿੱਚ ਇੱਕ ਬਟਨ ਹੁੰਦਾ ਅਸੀਂ ਉਸ ਬਟਨ ਨੂੰ ਐਕਟਿਵ ਕਰ ਦਈਏ ਨਾ
ਤੇ ਉਹ ਰਿਫਲੈਕਟ ਕਰਕੇ ਲਾਈਟ ਸਾਡੀ ਅੱਖਾਂ 'ਚ ਨਹੀਂ ਪੈਂਦੀ ਹੈ ਵੀ। ਕਹਿੰਦੇ ਹੁਣ ਸਾਹਮਣੇ ਤੂੰ ਇੱਕ ਲਾਈਟ ਗੱਡੀ ਆ ਰਹੀ ਹੈ, ਹੁਣ ਸਿਚੁਏਸ਼ਨ ਸਮਝੋ ਕਿ ਸਾਹਮਣੇ ਤੂੰ ਗੱਡੀ ਆ ਰਹੀ ਹੈ ਜਿਹਨੇ ਅਭਲੈਂਤੀ ਲਾਈਟ ਔਨ ਕੀਤੀ ਹੋਈ ਹੈ, ਤੇ ਕਹਿੰਦੇ ਨੇ ਅਸੀਂ ਪਿੱਛੇ ਵੇਖਣ ਵਾਲੇ ਸ਼ੀਸ਼ੇ ਦੀ ਅੰਤੀ ਅਭਲਿਆਂਤੀ ਜਿਹੜਾ ਸਿਸਟਮ ਹੈ ਉਹ ਐਕਟਿਵ ਕਰ ਦਈਏ। ਹੁਣ ਪਿੱਛੇ ਵੇਖਣ ਵਾਲਾ ਸਿਸਟਮ ਜਿਹੜਾ ਹੈ ਉਹ ਅੰਤੀ ਅਭਲਿਆਂਤੀ ਐਕਟਿਵ ਕਰੋਗੇ ਤੇ ਫਰਕ ਪਵੇਗਾ ਪਵੇਗਾ ਨੀਚੇ ਮਿਲ ਗਈ ਦੱਸੋ ਦੁਬਾਰਾ ਦੱਸ ਦੇਣਾ ਜੀ। ਝੂਠ ਬੋਲ ਝੂਠ ਬੋਲਦੇ ਸ਼ਾਬਾਸ਼ ਸ਼ਾਬਾਸ਼, ਸਮੇਂ ਲੱਗ ਗਈ ਨਾ ਮਕਸਦ ਲੈਣ ਚ, ਨਹੀਂ ਸਮੇਂ ਲੱਗੀ ਮੈਂ ਦੁਬਾਰਾ ਰਿਪੀਟ ਕਰਨਾ ਸ਼ਾਬਾਸ਼। ਜੇ ਪਿੱਛੇ ਸਾਹਮਣੇ ਤੋਂ ਗੱਡੀ ਆਉਂਦੀ ਹੈ ਤੇ ਫਿਰ ਜੇ ਪਿੱਛੇ ਗੱਡੀ ਆਉਂਦੀ ਤੇ ਫਿਰ ਫਰਕ ਪੈਣਾ ਸੀ ਅੰਤੇ ਬਲੈਂਤੀ ਨੂੰ ਐਕਟਿਵ ਕਰਨੇ ਆ। ਹੁਣ ਸਾਹਮਣੇ ਤੋਂ ਗੱਡੀ ਆ ਰਹੀ ਹੈ ਉਹ ਪਿੱਛੇ ਵੇਖਣ ਵਾਲਾ ਚੀਜ਼ ਹੈ, ਇਸ ਕਰਕੇ ਉਹਦਾ ਉਹਦੇ ਨਾਲ ਤਲਕ ਹੀ ਨਹੀਂ ਸੀ, ਇਸ ਕਰਕੇ ਫਾਲਸ ਹੋ। ਅਲੂੰਕ ਦਿਨੋਂ ਤੇ ਕਈ ਵਾਰ ਰਾਤੀ ਸੂਸਰਾ ਦੇ ਸ਼ਰਮਾਨ ਸ਼ਹਿਰ ਤੋਂ ਬਾਹਰ ਉੱਤੇ ਇੰਕਰੁਚੀਆਂ ਵਿਕੋਲੀ ਕੋਨ ਲਦੁਚੇ ਅਬਲੈਂਤੀ ਅਚੇਜ਼ੀ ਅਕੂਰੇ ਪ੍ਰਚੇਦ ਰੇ ਨੋਸਰਾ ਵੋਲਤਾ ਕੋਨ ਫਾਰੀ ਅਬਲੈਂਤੀ। ਕਹਿੰਦੇ ਸਾਡੀ ਵਾਲੀ ਵੀ ਅਬਲੈਂਤੀ ਲਾਈਟ ਔਨ ਛੱਡੋ, ਹੁਣ ਛੱਡ ਕੇ ਚੱਲੋ, ਪਰ ਵਿਦੇਰੇ ਮਹਿਲੀਓ ਲਸਰਾਦਾ ਵੀ ਵਧੀਆ ਵੇਖਣ ਲਈ ਰੋਡ। ਹੁਣ ਅਗਲੇ ਨੇ ਗਲਤੀ ਕੀਤੀ, ਅਬਲੈਂਤੀ ਔਨ ਕੀਤੀ ਹੈ, ਤੁਸੀਂ ਵੀ ਅਬਲੈਂਤੀ ਨਾ ਔਨ ਕਰੋ, ਤੁਸੀਂ ਅਨਬਲੈਂਤੀ ਹੀ ਔਨ ਰੱਖੋ, ਠੀਕ ਹੈ? ਇਹ ਗਲਤ ਕਰਨੇ ਪੇ ਫਾਲਸ ਹੋਇਆ, ਠੀਕ ਹੈ? ਹਾਂ ਬਿਲਕੁਲ, ਇਹ ਚੀਜ਼ ਗਲਤ ਹੈ, ਇੱਟ ਦਾ ਜਵਾਬ ਪੱਥਰ ਤੇ ਗਲਤ ਹੈ। ਆਪਣਾ ਸੰਦੀਪ ਭਾਜੀ, ਮੈਂ ਤੁਹਾਨੂੰ ਕਾਲ ਕਰਨਾ, ਇੱਧਰ ਗੱਲਾਂ ਬੋਲਣੇ। ਸੰਦੀਪ ਭਾਜੀ ਮੈਂ ਤੁਹਾਨੂੰ ਕਾਲ ਕਰਦਾ, ਤੁਸੀਂ ਕੱਟੋਗੇ। ਹਲੋ, ਇੱਟ ਦਾ ਜਵਾਬ ਪੱਥਰ ਨਾਲ ਹੀ ਲੈਣਾ, ਇੱਦਾਂ ਦਾ ਕੰਮ ਨਹੀਂ ਕਰਨਾ ਹੈ, ਠੀਕ ਹੈ? ਉਧਰ ਕਾਲ ਕੱਟ ਦੋ, ਉਧਰ ਕਾਲ ਲੱਗੀ ਹੈ ਤੁਹਾਡੀ, ਜੇ ਮੈਂ ਨਹੀਂ ਕੱਟੀ ਹੈ। ਚਲੋ ਕੋਈ ਨੀ ਖੈਰ ਮੈਂ ਕੱਟ ਦਾਂਗਾ, ਨਹੀਂ ਨਹੀਂ ਮੈਂ ਕੱਟਦਾ, ਕੱਟਣਾ ਰਹਿਣ ਦਿਓ, ਤੁਸੀਂ ਨਾ ਕੱਟਣਾ, ਮੈਂ ਕੱਟ ਦੇਣਾ। ਓਕੇ ਹੋ ਗਿਆ। ਅਦਰਾ ਹੁਣ ਕਿਹਦੀ ਕੱਟੀ ਗਈ ਹੈ ਇਧਰ ਕਾਲ? ਆਪਣਾ ਦੋਨਾਂ ਦੀ ਕੱਟੀ ਗਈ ਹੈ, ਹਾਂ ਦੋਨਾਂ ਦੀ ਕੱਟੀ ਗਈ ਮੁੰਡਿਆਂ ਦੀ। ਹਾਂਜੀ ਜੀ, ਮੈਂ ਕਰਦਾ ਵੀ ਕਾਲਾਂ, ਬਸ ਹੁਣ ਇਸ ਫੋਨ ਦਾ ਟਾਈਮ ਪੂਰਾ ਹੋ ਗਿਆ ਨਾ। ਹਾਂਜੀ ਵੀਰ ਜੀ, ਬਸ ਕੱਲ੍ਹ ਤੁਹਾਡਾ ਟਾਈਮ ਪੂਰਾ ਹੋ ਗਿਆ ਸੀ, ਚਵਲ ਜਿਹਾ ਫੋਨ ਲੈ ਆਇਆ ਮੈਂ ਸਿਮ, ਇੱਕ ਇਹ 45 ਮਿੰਟ ਤੋਂ ਤਾਂ ਚਲਾਉਂਦੀ ਨਹੀਂ ਹੈ ਵੀ, ਕਾਲਾਂ ਕੱਟ ਦਿੰਦੀ ਹੈ। ਹਾਂਜੀ ਵੀਰ ਜੀ, ਓਕੇ ਹੋ ਗਿਆ ਕੰਮ? ਕਾਲਾਂ ਯਾਰ ਇੱਕ ਵਾਰ ਲਾਉਣੀਆਂ ਪੈਂਦੀਆਂ ਹੁੰਦੀਆਂ। ਪਿੰਦਾ ਭਾਜੀ ਕੱਟੋ, ਤੁਸੀਂ ਤੁਹਾਨੂੰ ਵੀ ਕਰਦਾ, ਪਿੰਦੇ ਨੂੰ ਕਾਲ ਕਰ ਦਿਓ, ਪਿੰਦਾ ਭਾਜੀ ਨੂੰ ਉਧਰੋਂ। ਯਾਰ ਪਹਿਲੇ ਕਲਾਸ ਵਾਲੇ ਨੂੰ ਕੋਈ ਨਹੀਂ, ਦੂਜੇ ਕਲਾਸ ਸਾਰੇ ਇੱਕ ਦੂਜੇ ਪਾਏ ਨੇ, ਕੋਈ ਥੋੜ੍ਹੇ ਹੁੰਦੇ ਨੇ। ਹਾਂਜੀ ਆਪਣਾ, ਹਾਂਜੀ ਬਾਬੀ ਜੀ, ਉੱਥੇ ਹੀ ਅਸੀਂ ਕੋਈ ਨਹੀਂ, ਅੱਗੇ ਗਏ, ਪਿੰਦੇ ਭਾਜੀ ਨੂੰ ਕਾਲ ਕਰ ਲਿਆ। ਅੱਠ ਨੰਬਰ ਕੁਸ਼ਚਨ ਹੈ, ਕਹਿੰਦੇ ਅਲੋਮ ਕੇ ਦਿਨੋਂ ਤੇ ਕਈ ਵਾਰ ਰਾਤੀ ਸੂਸਰਾ ਦੇ ਅਕਸ਼ਰਵਾਨ ਸ਼ਹਿਰ ਤੋਂ ਬਾਹਰ ਉੱਤੇ ਇਨਕਰੁਚਿਆਮ ਉਹਨਾਂ ਵੀ ਕੋਲੋ ਕੋਨ ਫਾਰੇ ਲੁਚੇ ਅਬਲੈਂਤੀ ਹੈ ਚਾਹੀਦੀ, ਵੀ ਅਬਲੈਂਤੀ ਲਾਈਟ ਔਨ ਹੈ। ਅਕੂਰੇ ਫੈਰਮਾਰ ਚ ਇਮੀਡੀਏਟ ਮਿਹਨਤ, ਕਹਿੰਦੇ ਇਮੀਡੀਏਟਲੀ ਰੁਕ ਜਾਓ, ਆਣਗੇ ਕਾਲ, ਕੀ ਕਰਨਾ ਹੈ? ਇਮੀਡੀਏਟਲੀ ਇਮੀਡੀਏਟ ਮਿਹਨਤ ਰੁਕ ਜਾਓ, ਇਮੀਡੀਏਟਲੀ ਰੁਕਣਾ ਨਹੀਂ ਹੈ ਵੀ, ਕੋਈ ਪਤਾ ਨਹੀਂ ਪਿਛਲਾ ਕੇ ਤੈਨੂੰ ਮਾਰੇ। ਕਹਿੰਦੇ ਇੰਕਰੋਚਿਆ ਵਿਕੋਲੀ ਕੋਲ ਲੂਚੇ ਫਾਰੇ ਅਬਲੈਂਤੀ ਹੈ ਚਾਹੀਦੀ, ਜੇ ਲਾਈਟ ਔਨ ਹੋਵੇ ਅਬਲੈਂਤੀ ਅਕੂਰੇ ਫਿਰ ਮਾਰਚ ਇਮੀਡੀਏਟ ਮਿਹਨਤ, ਇਮੀਡੀਏਟਲੀ ਰੁਕਣਾ ਵੀ, ਇਮੀਡੀਏਟਲੀ ਰੁਕੋਗੇ ਮੁਮਕਿਨ ਹੈ ਪਿਛਲਾ ਆ ਕੇ ਤੁਹਾਡੇ ਵਜੇ, ਇਸ ਕਰਕੇ ਫਾਲਸੋ।
Alunque de notte sulla strada extra bana c'è to barba rote, incrociamo no vicoli con fari luce avalanti a cesi, vi avalanti light on, a cure azionare trombe betonale, canne horn, vera vijao, per richiamare l'attenzione del vicoli incrociante. Gli gatti che sono stati in un horn, marda da suo voglio. Belgium sul galgiti nevi, horn di marda evi, evi galganebe. Calunque di notte sulla strada extra bana c'è to barba rote, incrociamo no vicoli con fari luce avalanti a cesi, gli avalanti light on, ove a cure cercare di ripararsi gli occhi con le mani. Canne lasmi e cosce coro che acca, yenike set coro, fresh coro, jo coro, jimeke attot marge da cassa, refresh coro, repair coro jim. Acca malo, bilgo, aimim carriage, bravo, shall I? E bilgo, bilgo, बिल्कुल 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 इधर बिल्कुल फजूल काम नहीं करना है अभी ठीक है अगे कहते ने बे की ग्वीदा कपो तमाय से तनेरे ना ग्वीदा तनेरे अलग ग्वीदा दियो विकोली आन के से अलेवाद प्रस्तुतियों तुम राज्य ने कितनी तेज स्पीड है तोड़ी कितना तो बेहतर तोड़ा होना चाहिए इनके जो थोड़ी स्पीड तेज वाले थी दे दो जी अलेवाद आला ज्यादा जे स्पीड जिम्मे थोड़ी ज्यादा होंगी ओ बारे गल कर रहे हैं जनरली ठीक है कहते ने बे जी एले वाता वाले कौन दस रहे हैं शिवाक भाई ने एलेवाते जरा ना एलेवाते वाला टीई वाला एक कहने इधर वाले 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 सारे क्वेश्चन वेर होने अदील अदील बात की ग्वीदा भी चले वाता आज तो फिर वेर हो जाने ने अच्छा एक अगे आज पढ़िए हो ना ब्रावो शाबाश ਕਹਿੰਦੇ ਕੀ ਗਵੀਦਾ ਜੇ ਡਰਾਈਵ ਕਰਦੇ ਵਿਕੋਲੀ ਗੱਡੀ ਨੂੰ ਅਨ ਕਿਸੇ ਐਦ ਆਲੇ ਐਲੇਵਾਤੇ ਪ੍ਰਸਤਸ਼ਨ ਹੈ ਜੇ ਤੇਜ਼ ਸਪੀਡ ਦੇ ਉੱਤੇ ਵੀ ਨੋਨ ਦੇ ਵੀ ਕਮੂ ਕੇ ਸੁਪਰਾਰ ਲਾ ਮੀਤੀ ਦੀ ਵਿਲੋਚਿਤਾ ਲਿਮਟ ਜਿਹੜੀ ਗਤੀ ਦੀ ਉਹਦੇ ਤੋਂ ਵਧਣ ਆਇਆ ਵੀ ਪ੍ਰਵਿਸ਼ਤ ਦਾ ਲੇਜੇ ਜਿਹੜੀ ਲੇਜੇ ਕਾਨੂੰਨ ਦੇ ਤਹਿਤ ਜਿਹੜੀ ਦਿੱਤੀ ਜਾਂਦੀ ਹੈ ਨਾ ਜਿਵੇਂ ਅਤਸਰਾ ਦੇ ਕਿੰਨੀ ਹੈ ਲੇਜੇ ਕਾਨੂੰਨ ਦੇ ਤਹਿਤ ਸਪੀਡ 130 ਸ਼ਾਬਾਸ਼ ਜੇ ਤੁਸੀਂ 130 ਤੋਂ ਵਧਣਾ ਨਹੀਂ ਆਈ ਸਪੀਡ ਠੀਕ ਹੈ ਵੇਰ ਹੋਇਆ ਕਿਉਂਕਿ ਗਵੀਦਾ ਉਹਨਾਂ ਵੀ ਕੋਲ ਜਦ ਡਰਾਈਵ ਕਰਦੇ ਗੱਡੀ ਅਨ ਕੇ ਸੇਲਾ ਆਲੇ ਵਾਦਾ ਪ੍ਰਸਤਸ਼ਨ ਹੈ ਤੇਜ਼ ਸਪੀਡ ਦੇ ਉੱਤੇ ਦੇਵੇ ਦੀ ਨੋਰਮਲ ਆਦਮੀ ਕਾਨੂੰਨ ਦੇ ਤਹਿਤ ਲਾ ਪ੍ਰੈਜੀਡੈਂਜ਼ਾ ਦੀ ਨੇ ਕੋਰਚੀ ਵੀ ਹੁਣ ਚੌਂਕ ਨੂੰ ਕਹਿੰਦੇ ਨੇ ਧਿਆਨ ਰੱਖਣਾ ਠੀਕ ਹੈ ਵੀ ਚੌਂਕ ਹੁੰਦਾ ਹੈ ਕਹਿੰਦੇ ਇਹਨੇ ਜਿੱਦਾਂ ਪਹਿਲ ਦਿਓ ਚੌਂਕ ਦੇ ਵਿੱਚ ਤੁੱਤੀ ਵੀ ਗੋਲੀ ਸੱਭਾ ਗੱਡੀਆਂ ਨੂੰ ਕੀ ਪ੍ਰੋਵੈਂਗ ਉਹਨਾਂ ਦਾ ਇਸ ਤਰ੍ਹਾਂ ਜਿਹੜੀ ਗੱਡੀਆਂ ਸੱਜੇ ਤੋਂ ਆ ਰਹੀ ਉਹਨਾਂ ਨੂੰ ਪਹਿਲ ਲੈਣੀ ਹੈ ਫਿਰ ਵੀ ਠੀਕ ਹੈ ਫਿਰ ਅਦਰੁਸ ਕਹਿੰਦੇ ਪਏ ਵੀ ਕੀ ਗਵੀਦਾ ਨੂੰ ਵੀ ਕੋਲ ਹੋ ਜਿਹੜਾ ਡਰਾਈਵ ਕਰਦੇ ਗੱਡੀ ਅਨ ਕਿਸੇ ਅੱਧ ਆਲ ਦਾ ਵਾਹ ਤਾਂ ਪਲੈਸ ਸਟੇਸ਼ਨ ਹੈ ਜੇ ਤੇਜ਼ ਸਪੀਡ ਦੇ ਉੱਤੇ ਵੀ ਦੇਵੇ ਵੀ ਤਾਰੇ ਲਾਗਮੇ ਬੱਚੇ ਦੀ ਕੁਛ ਤਸਵੀਰ ਪੈਰੀ ਕੋਲੋ ਖਤਰਾ ਬਣ ਤੋਂ ਬੱਚੇ ਪਰ ਲਈ ਅਲਤਰੀ ਉਤਾਂਤ ਦਸਤਰਾ ਜੇ ਦੂਜੇ ਜਿਹੜੇ ਰੋਡ ਤੇ ਨੇ ਉਹਨਾਂ ਲਈ ਖਤਰਾ ਬਣ ਤੋਂ ਬੱਚੇ ਦਰੁਸ ਕਹਿੰਦੇ ਪਏ ਵੇਰ ਹੋਇਆ ਜਿਹੜੇ ਦੂਜੇ ਰੋਡ ਤੇ ਉਹਨਾਂ ਲਈ ਖਤਰਾ ਬਣ ਤੋਂ ਰੋਡ ਬਚਣਾ ਚਾਹੀਦਾ ਠੀਕ ਹੈ ਕੀ ਗਵੀਦਾ ਉਹਨਾਂ ਵੀ ਕੋਲ ਹੋ ਅਨ ਕਿਸੇ ਐਬ ਆਲਵਾਤਾ ਐਲੇਵਾਤਾ ਪ੍ਰਸਤਸ਼ਨ ਹੈ ਜਿਹੜਾ ਡਰਾਈਵ ਕਰਦੇ ਗੱਡੀ ਪਹਿਲੀ ਲਾਈਨ ਆ ਤਕਰੀਬਨ ਡੇਢ ਲਾਈਨ ਡੇਢ ਥੀ ਸੇਮ ਹੀ ਹੁੰਦੀ ਹੈ ਦੇਵਿਕ ਵਿਦਾਰ ਉਹਨਾਂ ਨੇ ਲਾ ਸਪੀਕਰ ਤ੍ਰਿਵਜ਼ੋਰੀ ਗੁਰਦਾਰੇ ਉਹ ਵੇਖੇ ਸਪੀਕਰ ਤ੍ਰਿਵਜ਼ੋਰੀ ਪਿੱਛੇ ਵੇਖਣਾ ਸ਼ੀਸ਼ੇ ਵਿੱਚ ਪ੍ਰੀਮਾ ਦੀ ਸਿਗਨਲ ਆ ਰਹੀ ਇੰਟੈਂਸ਼ਨ ਦੀ ਕੰਪੇਅਰ ਇੱਕ ਕੋਸ਼ੀਆ ਪਹਿਲੇ ਸਿਗਨਲ ਲਗਾਉਣ ਤੋਂ ਇਸ ਇੰਟੈਂਸ਼ਨ ਵਿੱਚ ਜਿਹੜੀ ਤੁਸੀਂ ਕੋਰਸੀ ਚੇਂਜ ਕਰਨੀ ਪਿੱਛੇ ਵੀ ਕੁਐਸਚਨ ਸੀ ਪੜ੍ਹ ਕੇ ਆ ਚੁੱਕੇ ਹਾਂ ਪਿੱਛੇ ਵੇਖਣਾ ਚਾਹੀਦਾ ਹੈ ਇਸ ਇੰਟੈਂਸ਼ਨ ਵਿੱਚ ਜਿਹੜਾ ਤੁਸੀਂ ਕੋਰਸੀ ਚੇਂਜ ਕਰਨ ਲੱਗੇ ਉਹਦੇ ਉੱਥੇ ਇੰਡੀਕੇਟਰ ਦੀ ਸ਼ਾਇਦ ਗੱਲ ਕਰ ਲੱਗੇ ਹੁਣ ਪਤਾ ਨਹੀਂ ਕੀ ਅਗਰ ਪੰਜ ਨੰਬਰ ਕੀ ਗਵੀਦਾ ਉਹਨਾਂ ਵੀ ਕੋਲ ਹੋ ਜਿਹੜਾ ਡਰਾਈਵ ਕਰਦੇ ਗੱਡੀ ਅਨ ਕਿਸੇ ਐਦ ਉਹਨਾਂ ਅਲਵਾਤ ਪ੍ਰਸਤਸ਼ਨ ਹੈ ਤੇਜ਼ ਸਪੀਡ ਦੇ ਉੱਤੇ ਦੇਵੀ ਤਨੇਰ ਸੀ ਇਲਪੀਓ ਵਿੱਚ ਹੀ ਨਾ ਪੋਸੀਬਲ ਹੈ ਔਰ ਉਹਨੂੰ ਰਹਿਣਾ ਚਾਹੀਦਾ ਜਿੰਨਾ ਜ਼ਿਆਦਾ ਪੋਸੀਬਲ ਹੋਇਆ ਨੇੜੇ ਰਹੇ ਮਰਜ਼ੀ ਨੇ ਦਸਰ ਦੇ ਲੱਗਰ ਜਾਂ ਦੇਕਰ ਜਾਂ ਸੱਜੇ ਕਿਨਾਰੇ ਤੇ ਕੰਦ ਐਫੀ ਤੂ ਆਉਣਾ ਸਵਲਤਾ ਦਸਰਾ ਜਿਸ ਤਰ੍ਹਾਂ ਤੁਸੀਂ ਸੱਜਾ ਇੱਕ ਵਾਰੀ ਮੁੜਦੇ ਹੋ ਦਰੁਸ ਕਹਿੰਦੇ ਪਏ ਵੇਰ ਹੋਇਆ ਜਿਸ ਤਰ੍ਹਾਂ ਤੁਸੀਂ ਸੱਜਾ ਮੁੜਦੇ ਹੋ ਠੀਕ ਹੈ ਤੇ ਤੁਹਾਨੂੰ ਕਿੱਧਰ ਰਹਿਣਾ ਚਾਹੀਦਾ ਮਰਜ਼ੀ ਨੇ ਦਸਰਾ ਸੱਜੇ ਕਿਨਾਰ ਤੇ ਰਹਿਣਾ ਚਾਹੀਦਾ ਵੇਰ ਹੋਇਆ ਦਰੁਸ ਕਹਿੰਦੇ ਪਏ ਜੇ ਖੱਬੇ ਤੇ ਰਹੋਗੇ ਤੇ ਫਿਰ ਤੇ ਮਨਾਈਏ ਨਾ
Bravo, Shabash. Chi guida un veicolo deve guidare sempre al centro della strada, che ne strada centro vicella hamesha, però senza superare la striscia di corsia. Che ne bina line tappia, striscia di corsia tappia, che ne centro vicella. Centro vicella gide, se gevela gialla gide. Sagge base, scarica gal che ne falso ya. Chi guida un veicolo deve tenere in funzione gli abbrianti abbrianti di giorno anche in città, abbrianti light non ci devo dire, dine city deve vi. City deve vi, dine abbrianti non ci devo dire. Abbrianti non ho, se ti dice, abbrianti duro. Abbrianti già ho, carta di olio, che abbrianti c'è duro di niente, perché è falso. Chi guida un veicolo può sorpassare un'unica condizione di traffico, che non è, dire drive carte che veicoli non posso overtake carte un'unica condizione di traffico, hard condition di traffico di perché non si ha segnale di vetro, che questo segnale di vetro non è heavy. Deco, hard condition, condition that depend on the traffic di tutte. Il traffico intenso va che tu si overtake, non è bilkul sul gal falso ya. Che ne chi guida in veicolo deve esare Claxon nei centri abitati che ne horn, vedi a share di vice, un'equale volta, Harvard Jedu, ci si avvicina ad una attraversamento di ciclabile. Harvard Jedu, ecco, attraversamento di ciclabile, non è secondo di road parker di ta. Che ne udenere Harvard, horn, vedi a gold, che ne beh, utte secondo pelon di e. Horn, vedi a loni, evi, rucano di loro, secondo di ovi, iscarca falso. Chi guida un veicolo può montare trombe bitonale per essere sentito più agevole, che ne trombe bitonali, yani che vade horn lagao, che zyada asanal tusi sunne de kabel ho, udandolo però solo fuori di centri vidi, lekin kende ne vade horn jede jalane tusi, ona da istemal sirf shehar dubar karo, e bhi galat kende pe falso hai, theek hai? Part number question hai ji, par dobara padhange, ye aakhri page 96 number ko padhange isi kal, theek hai? Kende ki guida nu vikolo po surpassare una unica condizione di traffico, har condition traffic de vich tusi overtake kar sakde ho? Unico nei carte di carte di falso in energia. E ne perché sia segnale di vetro, non sia segnale di vetro, perché segnale di vetro non è heavy. Hard condition traffic di which ni heavy si carte di essere passo, is carte di falso in energia. Ike? For? Agevole una sulla pedagana, tige? Sulla carta ona, tige? आसानी ना लगी जी की क्या था जी की गविदा आ जाए अपना शफाक साहब कह रहे हैं लेवाता आ जाते वो वेर हो जाते ठीक है ब्रह्म की गविदा ते अलेवाता ठीक है अदील करने पे अलेवाते आ जाए टी ई वाला तो उधर वेर हो जाते सारे जी Abbellanti da che te viene obbligondi, no? All situazione. Abbellanti ieri, no? C'è di obbligoni on di evi. Rate tante obbligosi, eh? Perché rate tante fate che onde? Rate tante adda canta surid, tu mordu bad, adda canta surid, niclan tu pelle. E obbligo onde, ide which could road that depend nicca da grede di. O anabellanti plus luce di posizione, e dove letta obbligonde? Abbellanti di light on dinner, o per esempio, yata ikita to share the views, casino, kita views, casino, jesu dipermanent. Dipermana samidona, slash marna. Utto, yenika to overtake carlago, immediately go gaga, katraga, uno, avizare carli, dipermardio, o to kita we use carcade, ekjizogi. Ek point, o the dipper sermarne. Un proper use carna abbellanti da, esser of otteo vega, jete, pelial share to bar. Or is ਉੱਥੇ ਹੋਵੇਗਾ ਜਿੱਥੇ ਬਾਹਰ ਦੀ ਲਾਈਟਿੰਗ ਨਾ ਕਾਫੀ ਹੈ ਘੱਟੇ ਔਰ ਪਲੱਸ ਤੁਹਾਡੇ ਅੱਗੇ ਪਿੱਛੇ ਕੋਈ ਹੋਰ ਬੰਦਾ ਜਾਂ ਗੱਡੀ ਨਹੀਂ ਹੈ ਔਰ ਦੂਜੀ ਰੋਡ ਤੇ ਵੀ ਕੋਈ ਗੱਡੀ ਨਹੀਂ ਹੈ ਠੀਕ ਹੈ ਉੱਥੇ ਤੁਸੀਂ ਯੂਜ਼ ਕਰ ਸਕਦੇ ਉਹਨੂੰ ਕਿਉਂ ਕਿਉਂਕਿ ਇਹ ਲੋਕਾਂ ਦੀਆਂ ਲਾਈਟਾਂ ਜਿਹੜੀਆਂ ਨਾ ਅੱਖਾਂ ਵਗੈਰਾ 'ਚ ਪੈ ਸਕਦੀ ਹੈ ਠੀਕ ਹੈ ਅਗਲਾ ਅਬਲਿਆ ਰਿਹਾ ਹੋ ਸਕਦਾ ਹੈ ਅਬਲਿਆ ਰਿਹਾ ਹੋਣ ਤੋਂ ਮੁਰਾਦ ਅਬਲਿਆ ਮਹਿੰਤ ਹੋਣ ਤੋਂ ਮੁਰਾਦ ਕਿ ਅਗਲੇ ਨਜ਼ਰ ਕੱਖ ਨਹੀਂ ਆਉਣਾ ਉਹ ਕਿਤੇ ਜਾ ਵੱਜੇਗਾ ਕੋਈ ਪਤਾ ਨਹੀਂ ਹੈ ਵੀ ਠੀਕ ਹੈ